ਵਾਤਾਵਰਣ ਵਿੱਚ ਛਾਈ ਧੂੜ ਕਾਰਨ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੇ ਜਿੱਥੇ ਵੀਰਵਾਰ ਨੂੰ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਸਨ, ਉੱਥੇ ਸ਼ੁੱਕਰਵਾਰ ਨੂੰ ਵੀ ਫਲਾਈਟਾਂ ਨਹੀਂ ਉੜੀਆਂ ਨੇ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਕੁਝ ਹਵਾਬਾਜ਼ੀ ਕੰਪਨੀਆਂ ਵੱਲੋਂ ਦਿੱਲੀ ਤੋਂ ਫਲਾਈਟਾਂ ਦਾ ਸੰਚਾਲਨ ਕੀਤਾ ਗਿਆ, ਏਅਰਲਾਈਨਸ ਕੰਪਨੀਆਂ ਨੇ ਅੱਜ ਵੀ ਫਲਾਈਟਾਂ ਰੱਦ ਕਰਨ ਦਾ ਐਲਾਨ ਕੀਤਾ ਹੈ।